ਆਲਟੋ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ। ਬਟਾਲਾ ਡੇਰਾ ਬਨਾਨਕ ਰੋਡ ਤੇ ਹੋਈ ਪਿਸਟਲ ਦੀ ਨੋਕ ਦੇ ਉੱਤੇ ਲੁੱਟ ਦੀ ਵਾਰਦਾਤ ਕਰ ਲੁਟੇਰੇ ਹੋਏ ਫਰਾਰ, ਇਹ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ, ਨਾਲ ਹੀ ਬੈਲ ਆਈਕਨ ਵੀ ਦਬਾ ਲਓ। ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਲਗਾਤਾਰ ਹੋ ਰਹੀਆਂ ਨੇ ਤੇ ਐਸਾ ਹੀ ਮਾਮਲਾ ਬਟਾਲਾ ਡੇਰਾ ਬਨਾਨਕ ਰੋਡ ਤੇ ਵਾਪਰਿਆ, ਜਿੱਥੇ ਐਕਟਿਵਾ ਤੇ ਆਏ ਤਿੰਨ ਨੌਜਵਾਨਾਂ ਵਿੱਚੋਂ ਦੋ ਨੌਜਵਾਨ ਇੱਕ ਕਰਿਆਨਾ ਸਟੋਰ ਤੇ ਕੋਲਡ ਡਰਿੰਕ ਲੈਣ ਦੇ ਬਹਾਨੇ ਗਏ ਤੇ ਦੁਕਾਨ ਮਾਲਕ ਨੂੰ ਪਿਸਤੌਲ ਦਿਖਾ ਉਸ ਕੋਲੋਂ 5000 ਰੁਪਏ ਦੀ ਨਗਦੀ ਲੈ ਕੇ ਫਰਾਰ ਹੋ ਗਏ। ਉੱਥੇ ਹੀ ਇਹ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ। ਅਰੋੜਾ ਕਰਿਆਨਾ ਸਟੋਰ ਦੇ ਮਾਲਕ ਮਨੋਜ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਉਹ ਦੁਕਾਨ ਬੰਦ ਕਰ ਰਿਹਾ ਸੀ ਤਾਂ ਦੋ ਨੌਜਵਾਨ ਕੋਲਡ ਡਰਿੰਕ ਲੈਣ ਦੇ ਬਹਾਨੇ ਅੰਦਰ ਆ ਵੜੇ। ਉਹਨਾਂ ਨੇ ਉਸ ਦੇ ਮੂੰਹ ਦੇ ਉੱਤੇ ਹੱਥ ਰੱਖਿਆ ਤੇ ਪਿਸਤੌਲ ਦਿਖਾ ਕੇ ਪੈਸੇ ਕੱਢਣ ਨੂੰ ਕਿਹਾ ਤੇ ਉਸਨੇ ਸਾਰੇ ਪੈਸੇ ਜੋ ਦੁਕਾਨ ਦੀ ਸੇਲ ਸੀ ਅੰਦਾਜ਼ਨ 5000 ਜੇਬ ਚੋਂ ਕੱਢ ਕੇ ਉਹਨਾਂ ਨੂੰ ਦੇ ਦਿੱਤੇ। ਲੁਟੇਰੇ ਉਸ ਨੂੰ ਧੱਕਾ ਮਾਰ ਕੇ ਫਰਾਰ ਹੋ ਗਏ। ਦੁਕਾਨਦਾਰ ਨੇ ਦੱਸਿਆ ਕਿ ਮੇਰੇ ਵੱਲੋਂ ਰੌਲਾ ਪਾਉਣ ਤੇ ਲਾਗੇ ਦੇ ਦੁਕਾਨਦਾਰਾਂ ਨੇ ਉਹਨਾਂ ਦਾ ਪਿੱਛਾ ਕੀਤਾ ਪਰ ਉਹ ਕਾਬੂ ਨਹੀਂ ਆਏ। ਪੁਲਿਸ ਥਾਣਾ ਸਿਵਲ ਲਾਈਨ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਵੱਲੋਂ ਇਸ ਮਾਮਲੇ ਦੇ ਵਿੱਚ ਕੇਸ ਦਰਜ ਕਰ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਤੇ ਸੀਸੀਟੀਵੀ ਖੰਗਾਲੇ ਜਾ ਰਹੇ ਨੇ। ਜਲਦ ਹੀ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਤੁਸੀਂ ਦੇਖ ਰਹੇ ਹੋ ਆਲਟੂ ਨਿਊਜ਼ ਲਈ ਬਟਾਲਾ ਤੋਂ ਜਸਵਿੰਦਰ ਬੇਦੀ ਤੇ ਬੰਟੀ ਸੰਗੋਤਰਾ ਦੀ ਇਹ ਵਿਸ਼ੇਸ਼ ਰਿਪੋਰਟ। ਮੇਰਾ ਮਨੋਜ ਅਰੋੜਾ ਜੀ। ਇਹ 9:15 ਦਾ ਟਾਈਮ ਜੀ। ਬਸ ਇਹੋ ਆਏ ਨੇ ਅਤੇ ਉਹਨਾਂ ਨੇ ਕੋਲਡ ਡਰਿੰਕ ਮੰਗੀ। ਮੈਂ ਕੋਲਡ ਡਰਿੰਕ ਲੈਣ ਗਿਆ ਅਤੇ ਅੰਦਰ ਨਾਲ ਹੀ ਅੰਦਰ ਆ ਗਏ। ਰੋਲ ਉਹਨਾਂ ਦੇ ਹੱਥ 'ਚ ਸੀ ਅਤੇ ਇੱਕ ਜਣਾ ਬਾਹਰ ਖੜੁੱਤਾ ਸੀ, ਦੋ ਜਣੇ ਅੰਦਰ ਆ ਗਏ। ਬਸ ਉਹਨਾਂ ਨੂੰ ਜੋ ਹੈਗਾ ਦੇ ਦਿਓ। ਅੰਦਰ ਦੋ ਜਣੇ ਆਏ ਨੇ, ਇੱਕ ਇਹਨਾਂ ਮੋਟਰਸਾਈਕਲ 'ਤੇ ਸਕੂਟੀ ਦੀ ਸੀ, ਸਕੂਟੀ ਸੀ ਮੈਂ ਖਾ, ਇੱਕ ਸਕੂਟੀ ਸਟਾਰਟ ਰੱਖੀ ਸੀ। ਹਾਂਜੀ ਨਹੀਂ ਇੱਕੋ ਤੇ ਗਏ ਤੇ ਮੇਰੇ ਕੋਲ 5-6 ਹਜ਼ਾਰ ਹੈਗਾ ਸੀ ਜਿਹੜਾ ਲੈ ਗਿਆ ਆਪਣੇ। ਹਾਂਜੀ ਹਾਂ, ਰੋਲਵਰ ਸੀ, ਇਹ ਨਹੀਂ ਅਸਲੀ ਕਿ ਨਕਲੀ ਸੀ ਇਹ ਨਹੀਂ ਪਤਾ। ਬਸ ਇੱਕ ਜਿਹੜਾ ਪਹਿਲਾਂ ਸਟਾਰਟਿੰਗ ਆਇਆ ਉਹ ਤਾਂ ਮੇਰੇ ਕਿੱਡਾ ਸੀ ਆਣ ਬਾਣ, ਅਤੇ ਇੱਕ ਉੱਚਾ ਲੰਬਾ ਸੀ, ਉਹਨੇ ਲੋਈ ਲਈ ਸੀ। ਉਹਦੇ ਕੋਲ ਪਤਾ ਨਹੀਂ ਕੀ ਚੀਜ਼ ਹੈਗੀ, ਹੈਗਾ ਸੀ ਕੁਛ ਉਹਦੇ ਕੋਲ, 9 ਵਜੇ 10-15 ਮਿੰਟ। ਇੱਥੇ ਹੁਣ ਡਾਕ ਕੇ ਦੇਖਣੀ ਪੈਣੀ। ਹਾਂਜੀ ਨਾਮ ਕੀ ਤੁਹਾਡਾ? ਮਨੋਜ ਅਰੋੜਾ, ਅਰੋੜਾ ਕਰਿਆਨਾ ਸਟੋਰ ਚੱਲਦਾ ਇੱਥੇ ਨਾ। ਹਾਂਜੀ ਕੱਲ੍ਹ ਜੀ ਇੱਕ ਨਾ ਆਪਣਾ 3 ਜਣੇ ਆਏ ਆ ਐਕਟਿਵਾ 'ਤੇ ਅਤੇ ਰਾਤ ਨੂੰ ਆਪਣਾ 9:15 ਦਾ ਟਾਈਮ ਹੈਗਾ ਵਾ ਅਤੇ ਉੱਥੇ ਵਾਰਦਾਤ ਕਰ ਗਿਆ ਆਪਾਂ ਗਨ ਪੁਆਇੰਟ 'ਤੇ ਅਤੇ 5000 ਰੁਪਇਆ ਇਹ ਲੈ ਗਏ ਆ ਅਤੇ ਬਾਕੀ ਆਪਾਂ ਸੀਸੀਟੀਵੀ ਕੈਮਰੇ ਵੇਖ ਰਹੇ ਹਾਂ ਅਤੇ ਇਨਵੈਸਟੀਗੇਸ਼ਨ ਚੱਲਦੀ ਵੀ ਜੋ ਵੀ ਆਊਗਾ ਸਾਹਮਣੇ ਉਹਦੇ ਮੁਤਾਬਿਕ ਕਾਰਵਾਈ ਕੀਤੀ ਜਾਵੇ। ਉਹ ਵੈਰੀਫਾਈ ਕਰ ਰਹੇ ਹਾਂ, ਜੋ ਹੋਊਗਾ ਆਪਾਂ ਕਾਰਵਾਈ ਚਲਾ ਗਿਆ।